ਮਿੰਬਰ ਤੇ ਲੈਂਦੇ ਨੇ ਰਿਵਾਜ ਤੁਰ ਫਿਰ ਕੇ ਲੈਂਦੇ ਇੱਕੋ ਥੋੜੀ ਜਿਹੀ ਬੇਸ ਨੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅੱਲਾਹੁਮਾ ਸੁੱਲ ਅਲਾ ਮੁਹੰਮਦ ਵਾਲ ਮੁਹੰਮਦ ਅੱਲਾਹੁਮਾ ਸੁੱਲ ਅਲਾ ਮੁਹੰਮਦ ਵਾਲ ਮੁਹੰਮਦ ਅੱਲਾਹੁਮਾ ਸੁੱਲ ਅਲਾ ਮੁਹੰਮਦ ਵਾਲ ਮੁਹੰਮਦ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਯਦਾਇਮ ਓ ਬਿਲਾ ਜ਼ਿਵਾਲਨ ਯਾ ਕਾਇਮ ਓ ਬਿਲਾ ਫਨਾਹਨ ਯਾ ਮੁਯੱਸਰ ਓ ਬਿਲਾ ਵਜ਼ੀਰਨ ਯਾ ਮੁਤਕੱਬਿਰ ਓ ਅਨਾ ਅਬਦ ਕਜ਼ਈਫ ਅਜ਼ਲੀਲ ਅਲ-ਮੁਜ਼ਤਰ ਯਾ ਰਬ ਅਲ-ਹੁਸੈਨ ਬਿਹਕ ਅਲ-ਹੁਸੈਨ ਅਲੈਹਿ ਸਲਾਮ ਐਸ਼ਫ਼ ਸਦਰ ਅਲ-ਹੁਸੈਨ ਬਿਜ਼ਹੂਰ ਇਮਾਮ ਜ਼ਮਾਨਾ ਅੱਲਾਹੁਮਾ ਸੁੱਲ ਅਲਾ ਮੁਹੰਮਦ ਵਾਲ ਮੁਹੰਮਦ ਸਲਵਾਤ ਸਾਰੇ ਬੰਦੇ ਹੀ ਨਾ ਪੜ੍ਹੋ ਇਮਾਨ ਵਾਲਿਆਂ ਕਾਣ ਅੱਲਾ ਆਖਿਆ ਮਈ ਤਾਂ ਥੱਡੇ ਅੜਾ ਲੈਂਦੇ ਹੋ ਸਲਵਾਤ ਤੇ ਮੈਂ ਜੋ ਸਲਵਾਤ ਆਖੀਏ ਤੇ ਇਤਨਿਆਂ ਬੰਦਿਆਂ ਪੜ੍ਹੀਏ ਜੇ ਮੈਂ ਇੰਨੇ ਪੜ੍ਹਾਂ ਜਿਵੇਂ ਤੁਸਾਂ ਪੜ੍ਹੀਏ ਕੀ ਕਰ ਸਕਦਾ ਮੈਂ ਬੰਦਾ ਮਸੀਤ ਚੋਂ ਨਿਕਲਿਆ ਨਿਮਾਜ਼ ਪੜ੍ਹਦੇ ਤੇ ਮੌਲਵੀ ਨੂੰ ਆਖਿਓ ਸੀ ਮੈਨੂੰ ਕਲਮਾ ਪੜ੍ਹਾ ਇਹ ਤਾਂ ਮੈਂ ਤੁਹਾਡੇ ਸ਼ਾਨ ਵਿੱਚ ਪੇ ਪੜ੍ਹਦਾ ਤੁਸੀਂ ਤਾਂ ਬੋਲਣ ਲੱਗ ਗਏ ਨਮਾਜ਼ ਪੜ੍ਹਦੇ ਨਿਕਲਿਆ ਤੇ ਅੱਗੇ ਮੈਨੂੰ ਕਲਮਾ ਪੜ੍ਹਾ ਦਾ ਕਿ ਮਸੀਤ ਤੇ ਕੀ ਕਰਨ ਗਿਆ ਨਮਾਜ਼ ਪੜ੍ਹਨ ਗਿਆ ਮੁਹੱਲਾ ਦੀ ਉਹਦਾ ਕਿਹਾ ਪਹਿਲੂ ਕਲਮਾ ਪੜੀਂਦਾ ਹੈ ਵੱਧ ਨਮਾਜ਼ ਪੜੀਂਦੀ ਹੈ ਪਹਿਲੂ ਨਮਾਜ਼ ਤੇ ਪਿੱਛੇ ਕਲਮਾ ਇਹ ਤੈਨੂੰ ਕਹਿ ਦੱਸਿਆ ਉਹਦਾ ਕਿਹਾ ਪੁੱਛਣ ਦੀ ਕਈ ਜ਼ਰੂਰਤ ਆਈ ਮੈਂ ਕਿਹਾ ਅੱਲਾ ਲਈਦਾ ਹੀ ਵਹਿੰਦੇ ਨੂੰ ਮੈਂ ਆ ਗਿਆ ਅੱਛਾ ਹੁਣ ਬੰਦੇ ਉਹ ਕੰਮ ਕਰਦੇ ਨੇ ਵੀ ਸਲਵਾਤ ਅਖੀਵੇ ਸਲਵਾਤ ਪੜੀਂਦੀ ਹੈ ਉਹ ਸਜੇ ਖੱਬੇ ਕਹਿ ਮਸਰੂਫੀਅਤ ਜੋ ਵਹਿੰਦੇ ਨੇ ਜਿਵੇਂ ਨਮਾਜ਼ ਤੋਂ ਪਹਿਲੂ ਕਲਮਾ ਜ਼ਰੂਰੀ ਹੈ ਇੰਨੇ ਸਲਵਾਤ ਤੋਂ ਪਹਿਲੂ ਈਮਾਨ ਜ਼ਰੂਰੀ ਹੈ ਬੰਦੇ ਸਲਵਾਤ ਪੜ੍ਹਦੇ ਈਮਾਨ ਵਾਲਾ ਬਣਦੇ ਨੇ ਬਾਈ ਦੀ ਇੱਕੋ ਬੰਦ ਕਰ ਮੈਂ ਤਰਾ ਤਰਾ ਵੇਰੀ ਉਹਨੂੰ ਛੋੜ ਭਰਾਂ ਉਹ ਕੋਈ ਪੜ੍ਹਿਆ ਲਿਖਿਆ ਹਾਂ ਮੈਂ ਕਿਹਾ ਕਿ ਮੇਰੇ ਬਾਰੇ ਨਹੀਂ ਮੈਂ ਨਹੀਂ ਤਾਂ ਇੱਧਰ ਦੋ ਨਿਆਜ਼ਾ ਲੈ ਲਈ ਸੀ ਇੱਕ ਤਾਂ ਮੈਂ ਪੜ੍ਹਨਾ ਅਤੇ ਅਬੂ ਇੱਕੋ ਪੜ੍ਹਦੀ ਹੈ ਦੋ ਦੋ ਵੇਰੀ ਵੱਧ ਤੂੰ ਤਾਂ ਕਾਹੀ ਨਹੀਂ ਨਿਆਜ਼ ਦੇਣੀ ਜਿਹੜੇ ਬੰਦੇ ਚਾਹੁੰਦੇ ਨਾ ਮਜਲੇ ਸਿੱਟ ਇੰਨੇ ਸ਼ੋਰ ਵਾਹ ਵਹਿਲਾ ਰਹਿ ਹਾ ਹਲਾ ਲਾਲਾ ਉਹ ਇਹ ਕੰਮ ਕਰਾਈਂਦੇ ਨੇ ਜਿਹਨੂੰ ਪਤਾ ਹੋਵੇ ਮੈਂ ਕਈ ਗੱਲ ਦੱਸਣੀ ਹੈ ਉਹ ਆਖਦਾ ਬੰਦੇ ਮੇਰੀ ਸੁਣ ਲੈਣ ਸਮਝ ਲੈਣ ਅਮਲ ਤਾਂ ਮੁਕੱਦਰ ਦੇ ਨੇ ਮੈਂ ਚਾਰ ਬਾਤਾਂ ਸਮਝਾਉਣੀਆਂ ਨੇ ਦੀਨ ਦੇ ਰਾਜ਼ਨ ਮਜਲਿਸ ਹੁਸੈਨ ਦੀ ਹੋਵੇ ਜ਼ਿਕਰ ਅੱਲਾ ਦਾ ਹੋਵੇ ਮਜਲਿਸ ਹੁਸੈਨ ਦੀ ਹੋਵੇ ਜ਼ਿਕਰ ਸ਼ਹਦਾ ਦਾ ਹੋਵੇ ਮਜਲਿਸ ਹੁਸੈਨ ਦੀ ਹੋਵੇ ਪੜ੍ਹੀਂਦਾ ਕੁਰਾਨ ਪਿਓ ਹੋਵੇ ਮਜਲਿਸ ਹੁਸੈਨ ਦੀ ਹੋਵੇ ਅੰਬਿਆ ਦਾ ਜ਼ਿਕਰ ਹੋਵੇ ਮਜਲਿਸ ਹੁਸੈਨ ਦੀ ਹੋਵੇ ਜ਼ਿਕਰ ਔਲੀਆ ਦਾ ਹੋਵੇ ਮਜਲਿਸ ਹੁਸੈਨ ਦੀ ਹੋਵੇ ਜ਼ਿਕਰ ਸ਼ਰੀਅਤ ਦੇ ਬਾਨੀਆਂ ਦਾ ਹੋਵੇ ਮਜਲਿਸ ਹੁਸੈਨ ਦੀ ਹੋਵੇ ਜ਼ਿਕਰ ਸ਼ਹਦਾ ਦਾ ਹੋਵੇ ਮਜਲਿਸ ਹੁਸੈਨ ਦੀ ਹੁਸੈਨ ਦਾ ਜ਼ਿਕਰ ਹੋਣਾ ਚਾਹੀਦਾ ਹੈ ਕੀ ਗੱਲ ਹੈ ਮਜਲਿਸ ਹੁਸੈਨ ਦੀ ਹੈ ਪੜ੍ਹੀ ਦਾ ਕੁਰਾਨ ਪਿਆ ਹੈ ਮਜਲਿਸ ਹੁਸੈਨ ਦੀ ਇਹ ਦਸੀਂਦੀ ਸ਼ਰੀਅਤ ਪਈ ਹੈ ਤੁਹਾਨੂੰ ਤਾਰਫ ਸਮਝ ਨਹੀਂ ਆਇਆ ਹੁਸੈਨ ਤੇਰੇ ਇਸਲਾਮ ਦੀ ਹਰ ਜ਼ੀਨਤ ਦੇ ਤਾਰਫ ਦਾ ਨਾਂ ਹੈ ਜਿਹੜੇ ਬੰਦੇ ਨੂੰ ਬੜਾ ਹੀ ਸ਼ੌਂਕ ਹੈ ਮੈਂ ਗੈਰਤਮੰਦ ਹੋਵਾਂ ਉਹਨੂੰ ਗੈਰਤ ਦਾ ਪਤਾ ਹੀ ਕਰ ਬਲਾਉਣ ਲੱਗ ਸੀ ਜਿਹੜੇ ਬੰਦੇ ਦਾ ਦਿਲ ਮੈਂ ਸੱਚਾ ਹੋਵਾਂ ਉਹਨੂੰ ਸੱਚਿਆਂ ਦਾ ਪਤਾ ਹੀ ਕਰ ਬਲਾ ਲੱਗ ਸੀ
ਜੇ ਤੁਹਾਡੀ ਆਪਣੀ ਕਈ ਜ਼ਿੱਦ ਬਣ ਗਈ ਹੈ, ਕੁਝ ਬਣਾਏ ਵੈਂਦੇ ਨੇ, ਕੁਝ ਬਣੇ ਹੋਏ ਹੁੰਦੇ ਨੇ, ਜਿਹਨੂੰ ਅੱਲਾ ਬਣਾਈਦਾ ਉਹ ਹੋਰ ਹੁੰਦੇ ਨੇ, ਜਿਹਨੂੰ ਬੰਦੇ ਬਣਾਈਦੇ ਨੇ ਉਹ ਹੋਰ ਹੁੰਦੇ ਨੇ। ਇਸ ਚ ਕਾਬਿਲ ਵਾਲੀ ਗੱਲ ਕਾਈ ਨਹੀਂ, ਤੂੰ ਬੰਦਿਆਂ ਦੇ ਬਣੇ ਹੋਏ ਮਨ ਅਸਾਂ ਮੁਤਮੈਨ ਆਏ, ਅਸਾਂ ਬਣੇ ਹੀ ਵਧਿਆ ਮੰਨੀ ਵਧਿਆ ਜਿਹੜੇ ਅੱਲਾ ਦੇ ਬਣੇ ਹੋਏ, ਕਿਉਂਕਿ ਜਿਹਨੂੰ ਬੰਦੇ ਬਣਾਈਦੇ ਨੇ, ਜਿਹੜੇ ਬੰਦੇ ਦਾ ਹਾਦੀ ਮਰੇ ਉਹਦੇ ਕਣ ਬਖਸ਼ਿਸ਼ ਦੀ ਦੁਆ ਮੰਗਣ ਵੀ ਸਾਡੇ ਫਲਾਣੇ ਹਾਦੀ ਨੂੰ ਜੰਨਤ ਜਾ ਦੇਵੇਂ, ਸਾਰੇ ਹੀ ਸਕੂਲ ਨੇ ਗਏ। ਬੰਦੇ ਬੰਦੇ ਦੀ ਆਦਤ ਹੁੰਦੀ ਹੈ ਨਾ ਬਈ ਸਕੂਲ ਹੀ ਨਾ ਗਿਆ ਅਤੇ ਅਗਲੇ ਕਹਾਣੀ ਅਜ਼ਾਬ ਬਣਿਆ ਰਿਹਾ। ਮੈਂ ਕਿਹਾ ਜਿਹਨੂੰ ਹਾਦੀ ਬੰਦੇ ਬਣਾਵੇ ਨਾ, ਉਹ ਬੰਦੇ ਆਪਣੀ ਲੋੜ ਤੋਂ ਬਣਾਈਦੇ ਨੇ, ਜਿਹਨੂੰ ਅੱਲਾਹ ਬਣਾਈਦਾ ਹੈ ਉਹ ਆਪਣੀ ਲੋੜ ਦਾ ਹੀ ਬਣਾਈਦਾ ਹੈ, ਮਖਲੂਕ ਦੀ ਲੋੜ ਦਾ ਹੀ ਬਣਾਈਦਾ। ਵੱਧ ਮੈਂ ਗੱਲ ਸਮਝਾਈਏ, ਜੇ ਬੰਦੇ ਉਹਦਾ ਬਣਿਆ ਹੋਇਆ ਹਾਦੀ ਮਰੇ ਉਹਦੇ ਬਖਸ਼ਿਸ਼ ਦੀ ਦੁਆ ਮੰਗੀ ਕਰ, ਅੱਲਾ ਮੇਰੇ ਫਲਾਣੇ ਹਾਦੀ ਨੂੰ ਜੰਨਤ ਨਸੀਬ ਫਰਮਾ। ਦੁਨੀਆਂ 'ਤੇ ਇੱਕ ਕੌਮ ਸ਼ੀਆ ਹੈ ਜਿਹਨਾਂ ਇਹੋ ਜਿਹੇ ਹਾਦੀ ਬਣਾਏ ਨੇ ਮੰਨਣ, ਜਿਨ੍ਹਾਂ ਨੂੰ ਬਖਸ਼ਿਸ਼ ਦੀ ਦੁਆ ਕਰਨੀ ਹਰਾਮ ਹੈ, ਕਿਉਂ ਜੋ ਉਹ ਖੁਦ ਬਖਸ਼ਿਸ਼ ਹੈ। ਤੂੰ ਕੱਲਿਆਂ ਕਹਿਣ ਲੈ ਜੁਮੇ ਦੀ ਨਮਾਜ਼ ਪੜ੍ਹ ਤੇ ਮਸੀਤ ਦੀ ਚੋਂਡੇ 'ਚ ਬਹਿ ਤੇ ਮੂੰਹ ਕੱਜ ਬਹਿ ਮਤ ਸ਼ਰੋ ਮਾਵੇ, ਕੱਲਿਆਂ ਬਹਿ ਕੇ ਸੋਚੇ ਤੂੰ ਕੋਈ ਇਹੋ ਜਿਹਾ ਹਾਦੀ ਬਣਾਇਆ ਹੈ ਜਿਹਦਾ ਚਿਹਰਾ ਵੇਖਣਾ ਇਬਾਦਤ ਹੈ, ਕਿਆ ਤੂੰ ਕੋਈ ਐਸਾ ਹਾਦੀ ਬਣਾਇਆ ਹੈ ਜਿਹਦਾ ਜ਼ਿਕਰ ਕਰਨਾ ਅੱਲਾਹ ਦੀ ਇਬਾਦਤ ਹੈ, ਕਿਆ ਤੂੰ ਕੋਈ ਐਸਾ ਹਾਦੀ ਬਣਾਇਆ ਹੈ ਜਿਹਦੀ ਮੁਹੱਬਤ ਰੱਖਣੀ ਬਖਸ਼ਿਸ਼ ਹੋਵੇ। ਇਹ ਹੁਣ ਕੋਈ ਕਾਵੇੜ ਵਾਲੀਆਂ ਗੱਲਾਂ ਮੁਕਾਬਲਾ ਚ ਕੀਤਾ ਬਈ ਇੰਨਾ ਕਿਉਂ ਇਹੋ ਜਿਹਾ ਬਣਾਇਆ, ਤੂੰ ਉਹ ਮੰਨ ਲੈ, ਅਸਾਂ ਤੇਰੇ ਨਾਲ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਜਈ ਤਾਂ ਹਾਦੀ ਮਾਸ਼ਰੇ 'ਚ ਟੰਗਿਆ ਖਲੋ ਸੀ, ਬਾਲ ਅਸੇ ਨਿੱਕੇ ਨਿੱਕੇ ਤੇ ਆਨਾ ਦੁਆਨੀ ਮੰਗੀਵੇ ਆਨਾ ਤੇ ਬਜ਼ੁਰਗ ਜਾਣ ਤੇ ਅਕਲ ਵੇਦੇ ਹਨ, ਵੰਜ ਦੁਕਾਨ ਵਾਲੇ ਨੂੰ ਆਖ ਅੱਬੇ ਮੰਗੇ ਹਨ ਤੇਰੇ ਕੋਲ ਦੋ ਆਨੇ ਦਾ ਉਧਾਰ ਤੇ ਧੋਣ ਦਿੱਤੇ ਹਨ ਦੋ ਧਿੱਕੇ, ਇਹ ਸਨੇ ਆ ਲੱਗਦਾ ਹੀ ਤਾਂ ਮੈਨੂੰ ਚੌਂ ਆਨਿਆਂ ਦਾ ਉਧਾਰ ਦੇ। ਜੋ ਉਹ ਟੁਰਦਿਆਂ ਸਿਆਣ ਹੋਵੇ ਤਾਂ ਹੱਟ ਪਵਿਆ, ਉਹ ਆਖਿਆ ਅੱਬਾ ਤੈਨੂੰ ਦੋਵਾਨਿਆਂ ਦੇ ਚਾਰ ਧਿੱਕੇ ਤੇ ਮੈਨੂੰ ਚਵਾਨੀ ਦੇ ਕਿਤਨੇ ਧਿੱਕੇ, ਮੈਂ ਉਧਾਰ ਲਵਣ ਨਹੀਂ ਵੈਂਦਾ। ਗੱਲ ਹੈ ਯਦੀਨ ਉਧਾਰ ਵਾਲਿਆਂ ਨਾਲ ਟੁਰ ਤਾਂ ਤੇਰੀ ਮਰਜ਼ੀ, ਨਕਦ ਵਾਲਿਆਂ ਨਾਲ ਟੁਰ ਤਾਂ ਤੇਰੀ। ਮੇਰੀ ਬੋਤਲ ਵੱਖਰਾ, ਸਵਾਲ ਸਮਝ ਆਇਆ? ਹਰ ਕਹਿਆਂ 'ਚ ਖਾਮੀ ਕਾਈ ਨਾ ਕਾਈ ਵੜੀ ਵਧੀ ਹੈ, ਉਹਨੂੰ ਉਹ ਆਪਣੇ ਤਸਰਫ 'ਚ ਨਹੀਂ ਲਿਆਉਂਦਾ। ਮੇਰਾ ਅੱਲਾ ਹੀ ਤੁਹਾਨੂੰ ਨਜ਼ਰ ਨਾ ਲੱਗੇ ਕਿਵੇਂ ਚੁੱਪ ਕਰਕੇ ਸੁਣਦੇ ਪਏ। ਅਬਾਨੀ ਮਜਲਿਸ ਸ਼ਾਹ ਕੀ ਦੇ ਗਿਆ, ਸਾਡੇ ਬਾਰੇ ਤਾਂ ਕੋਈ ਨਹੀਂ ਬਣਦੇ, ਇਹ ਅਸਾਂ ਇਹਨਾਂ ਨੂੰ ਪੜ੍ਹਦੇ ਹੀ ਨਹੀਂ ਜਿਹਨਾਂ ਨੂੰ ਤੁਸੀਂ ਸੁਣਦੇ ਹੋ। ਸਾਨੂੰ ਇਹ ਤਾਰੀਖੀ ਬਿਮਾਰੀ ਹੈ, ਇਹ ਬੰਦੇ ਹੱਥਿਆਂ ਤੋਂ ਢੇਰ ਕਿਉਂ ਬਾਹਰ ਨਿਕਲ ਗਏ, ਇਹਨੂੰ ਪਤਾ ਇਹਨੂੰ ਅਸਾਂ ਜਾਣਨਿਆਂ ਸੁਣੇ ਹੋਇਆ, ਦੂਰ ਦੇ ਜ਼ਾਕਿਰ ਨੂੰ ਹਰ ਕੋਈ ਸੁਣਦਾ। ਹੁਣ ਗਵਾਹ ਦਵਾਹ ਡਾਲਿਆ ਮੇਰੇ ਬਾਅਦ ਉੱਠੀ ਸੀ ਇਹਨੂੰ ਅੱਧੇ ਮੁੰਨੇ ਬਾਕੀ ਵਗ ਪਈ ਸਨ, ਖੁੱਲ੍ਹ ਤੇ ਮੈਂ ਅੱਗੇ ਭੀੜੇ ਹੋਇਆ ਜੋ ਹੁਣ ਖੁੱਲ੍ਹ ਖਲੋ ਸਲਵਾਤ ਬੁਲੰਦ ਆਵਾਜ਼ ਨਾਲ। ਹਾਦੀ ਇਹੋ ਜਿਹਾ ਨਹੀਂ ਬਣਾਵਣਾ, ਇਨਸਾਨ ਸੋਚ ਬਖਸ਼ਿਸ਼ ਵਾਸਤੇ ਜਿਸ 'ਤੇ ਇਸ਼ਤਬਾਹ ਹੋ ਵਜੇ ਸ਼ੁਭਾ ਆ ਵਜੇ ਉਹਨੂੰ ਹੀ ਹਕੀਕਤ ਮੰਨੀਂਦਾ। ਤੈਨੂੰ ਸ਼ੱਕ ਨਹੀਂ ਤੇ ਤਸੱਲੀ ਹੈ। ਹਾਦੀ ਦੋ ਕਿਸਮ ਦੇ ਨੇ, ਇੱਕ ਉਹ ਹਾਦੀ ਹੈ ਜੋ ਕਹੇ ਵਸੀਲੇ ਨਾਲੋ ਤਾਂ ਜੰਨਤ ਲੱਗਾ ਵਈ ਸੀ ਤੇਰਾ ਕੇ ਬਣ ਸੀ,
اے میں ایک سادی مثال دینا ان بندے سامنے آئے کھلے تے رسول اچانک ایک بندے نے ویکھ کے کہڑا ہے اس کے امام تینو کہے بنایا ہے میں نہیں اچھا تیری کئی نشانی قرآن چ نہیں اچھا تینو کہے بنایا جنے انہ بنایا ہے اچھا تو انہ دے رلے تیار رہو کم از کم امام تے ہو جے بناؤ جے رسول نو ڈٹھو وے قانون اس دا رہو جڑا رسول دے نیڑے دو وے قرب دو وے ایتھے جُتی آ ونجے رسول دی تے سارے اکسن رسول دی آئی پئی تے جے ڈٹھی ہوئی ہو ویکھ کے اکسی اے تو جُتی نہیں کیوں جو میری ڈٹھی ہوئی ہے قانون شریعت انہیں جے رسول نو ڈٹھا ہے اس تو دین لائے ٹریا پھریا دین ہی ٹریا پھریا لویند ہے مصطفیٰ دے کلمہ پڑھن والے نو مریندا ہے اے علی و ولی اللہ کوئی مسلمان پڑھ دین محمد رسول اللہ مسلمان پڑھ دین علی و ولی اللہ مومن پڑھ دین کیونکہ جنہ بندیاں رسول ہی لگ دے ٹپ دے بندے تو لے آئے انہوں کیا پتہ شاہ نے رسالت کیا ہے یہ کوئی کاوڑ والی گل ہے اگر رسول لے آئی علی تو تو وقت تین پتہ لگے رسالت دو معیار کیا ہے مصطفیٰ دی رسالت پوچھنی ہے تو علی تو پوچھ علی مردے زندہ کر کے اللہ دا سجدہ کریں دے تے کمبر جے بندے پوچھے آجی وامنے مردے تے کرنے سجدے مسکرا کے آدم دنیا نو دسے نا جی دا بندے مردے جی وہیں دا ہو دا رب کی ہو جے سے مصطفیٰ او نام ہے جہیں دا علی غلام ہے ای علی ادن انا عبد من عبید محمد میں محمد دے غلام چ ایک غلام جس تخلیق چ مصطفیٰ دا علی غلام ہے باقی کیشو سی بس لمیاں چوڑیاں باتاں نہیں کرنیاں فضائل اتھائیں مینو اج صبح دا لگدا پیا سارے رکھے ہو میں شاہ نو سلوایا بھی شروع کا ادھر کرائی آئی آ کوئی بوجھ آیا پیا مجلس تے پتہ نہیں یا پیسے گھٹ دے ہوئے میرا سورو ویا تو میں ربائیاں دو چار کٹھیاں پڑھا مزوریت نہیں یہ گل کی موسم کا کوئی تبادلہ ہے تو تبادلہ ہی نہیں ہوا کھلا جی میں تسا مجلس تبدیل ہوئے بیٹھے کوشش کریں نا جی ہو گئی تو ٹھیک ہے نہیں تو نیاز وکھری ہو گئی بھائی جی کوشش تو کر سکتا ہے نا بندہ میں کوشش ہی کر رہا ہوں بوہ تو جبریل آیا کھلا دستک دیتی ادھر دائی آ کھلی تھی حسین نے چاہ کے کہنا ہے درزیاں بی بی اکھے لہجہ تو جبریل دا ہے اور داد نہیں دینی انہوں ایمان نہیں ایمانی سنی رکھنا لہجہ تا ہا بی بی اوہاں تی درزی ہوتا کہ اللہ ہی نے چاند آئی کیمی آیا ہیں کپڑے لئی ودا ایت لیلہ بی بی اکھے میں مصروف ہاں میں حسین نو چاہی کھلی ہیں جیڑا بندہ داد نہ دے وے دیر تے دل دی حرکت غلط نو من لگو جی پھر سن کے اکھے بوہت جبریل کپڑے لائے لائے بی بی آکے مصروف ہاں کی میں بی بی آدھی میں حسین چاہی کھلیاں وہاں تا ہیک لازہ حسین چھوڑ تے کپڑے لائے لائے تے مڑ چال ہیں بی بی آدھی ہے تا حسین چھوڑنا با میں لمحہ چھوڑا با میں لحظہ چھوڑا جنتی کپڑے آکان حسین چھوڑا بی بی آدھی میں نہیں لائے سکتی او دا کہتے ہونے حسین کپڑے منگ سی کے کرے سے بی بی آدھی کوئی ہو اور تیرے جی آ ویسی او تا ہاتھ نہ کرو بندے ویتے پہ بندے پیچھو بے دیکھنا بھئی اسے لتا ہی کہہ نہیں ہے داد دیتی ہے نوکے ہو گیا میں کیے کھلا کرے نا کوئی ہو رو وائز ایلہ وڈا یقین کی میں بی بی دی صدیقت القبرہ آکھ ہے جدی سچائی دیا اللہ قسم چاہتا کپڑے درد بھی گولن بڑا ناز ہے ہیں تا حبش دی وسدی من نوریاں
ਮੈਂ ਕਿਹਾ ਨੂਰੀਆਂ ਤੂੰ ਹਬਸ਼ਨ ਹੋ ਕੇ ਮੈਨੂੰ ਖਲ ਰਹਿਨੀ ਹੁਸੈਨ ਦਾ ਬਹਾਨਾ ਕਰਕੇ ਆਨੀ ਮਸਰੂਫ ਹਾਂ ਜਿਵੇਂ ਮਾਲਕ ਬਣ ਕੇ ਰੋਬ ਖਲੀ ਕਰੇਨੀ ਇਹ ਕੱਪੜੇ ਮਾਂ ਬਣ ਕੇ ਲੈ ਲਾ ਤੇ ਉਜਰਤ ਤੂੰ ਚ ਦੇ ਕੱਪੜੇ ਜਨਤੀਆਂ ਨੂੰ ਸੋਚ ਲੈ ਪਾਣੀ ਦੇ ਲਿਓ ਬਾਈ ਕੱਪੜੇ ਜਨਤੀਆਂ ਨੂੰ ਲੈ ਆਵਣ ਵਾਲਾ ਜਬਰੀਲੇ ਕੀਮਤ ਲਾ ਲਾ ਹਿਸਾਬ ਕਰਕੇ ਕੀਮਤ ਬੀਬੀਆ ਦੀ ਜਦਾਂ ਬਣ ਸਾਇਲ ਤੂੰ ਆਇਆ ਸਲਵਾਤ ਪੜ੍ਹ ਲਓ ਆਇਆ ਹਵੇ ਉੱਤੇ ਦਰ ਹਸਨੈਨ ਦੀ ਮਾਦ ਆਪ ਅਕਸਰ ਜ਼ੁਲਮ ਕੀਤਾ ਤੈਨੂੰ ਪੰਦਰਾਂ ਰੋਟੀਆਂ ਦਿੱਤੀਆਂ ਹਮ ਹੈਰਾਨ ਨਾ ਥੀ ਕਰ ਯਾਦ ਬੀਬੀਆ ਦੇ ਵੀ ਇੱਕ ਰੋਟੀ ਮਲ ਯੂਸਫ ਦਾ ਕਰ ਬਾਕੀਆਂ ਦੀ ਤਾਦਾਦ ਰੱਖ ਖਿਨ ਕੀਮਤ ਨੂੰ ਜੋੜਿਆਂ ਦੀ ਮੈਂ ਕੋ ਬਚਦੀ ਰੱਖਾਂ ਵਾਲਾ ਵੇਖੋ ਜਿਵੇਂ ਦੀਨ ਇਕੱਠਾ ਹੋ ਤੇ ਅਮਦਾ ਵਤਿਆ ਕਹਿ ਕਾਨੂੰਨ ਲਿਖੇ ਕਹਿ ਸ਼ਰੀਅਤ ਲਿਖੀ ਕਹਿ ਹਦੀਸਾਂ ਲਿਖੀਆਂ ਕਹਿ ਸ਼ਾਮ ਚ ਬਹਿ ਤੇ ਕੁਰਾਨ ਇਕੱਠਾ ਕੀਤਾ ਸਾਰੇ ਲੋਕ ਹੀ ਦੀਨ ਨਾਲ ਮੁਖਲਿਸ ਔਰ ਵਫਾਦਾਰ ਹਨ ਸ਼ਾਮ ਚ ਇਕੱਠਾ ਕਰੇਂਦੇ ਰਹਿਣ ਕਹਿ ਤੂੰ ਇੱਕ ਸੂਰਤ ਲੈ ਕਹਿ ਤੂੰ ਦੋ ਕਿਤਨੀ ਮਿਹਨਤ ਲੱਗੀ ਹੋ ਸੀ ਤੁਸੀਂ ਸ਼ੀਆਂ ਦੀ ਇੱਕ ਤਾਂ ਆਦਤ ਤੇ ਤੁਸੀਂ ਜ਼ਿੱਦ ਕਰ ਵੇਂਦੇ ਹੋ ਕਹਿੰਦੇ ਦੀ ਮਿਹਨਤ ਨੂੰ ਨੇਵੇ ਤੇ ਮੈਂ ਉਹਨਾਂ ਮਿਹਨਤ ਕਰਨ ਵਾਲਿਆਂ ਨੂੰ ਇੱਕ ਸਬਕ ਦੇਣਾ ਜੋ ਦੋ ਦੋ ਸੂਰਤਾਂ ਇਕੱਠੀਆਂ ਕੀਤੀਆਂ ਨੇ ਮਦੀਨੇ ਅਲੀ ਹਾਫਿਜ਼ ਨਾਈ ਹਸਨੈਨ ਹਾਫਿਜ਼ ਨਾਨ ਉਹ ਸ਼ਹੀਦਾਂ ਦੀ ਦਾਈ ਫਿਜ਼ਾਈ ਹਾਫਿਜ਼ ਆਈ ਤੇਰਾ ਦਿਲ ਆਉਂਦਾ ਤਾਂ ਬਿਲ ਤਰਤੀਬ ਲਖ ਹੋਇਆ ਕੁਰਾਨ ਕਹਿ ਤੂੰ ਲਾਏ ਤੇ ਲਿਖ ਲਵਾ ਆਖਿਰ ਤੁਹਾਨੂੰ ਕੋਈ ਆਪਣਾ ਹੀ ਤਾਂ ਮਤਲਬ ਉਹ ਸੀ ਅੱਲਾ ਨਸੀਬ ਕਰਨੇ ਮਤਲਬ ਨੂੰ ਸਾਡੀ ਕਹਿ ਨਾਲ ਜੰਗ ਕੋਈ ਨਹੀਂ ਅਗਰ ਤੇਰੀ ਸ਼ਹੀਦਾਂ ਨਾਲ ਨਹੀਂ ਬਣਦੀ ਬੋਲੋ ਯਾਰ ਕੋਈ ਚੱਕਰ ਪਿਆ ਖਲਾ ਤੇ ਮੈਨੂੰ ਨਹੀਂ ਸਮਝ ਪਈ ਲੱਗਦੀ ਇੱਕ ਤਾਂ ਮੇਰਾ ਆਵਾਜ਼ ਠੀਕ ਨਹੀਂ ਤੇ ਮੈਂ ਇੰਜ ਪੜ੍ਹ ਹੀ ਨਹੀਂ ਸਕਦਾ ਜਿਵੇਂ ਬੰਦੇ ਸੁਣਦੇ ਪੈਣ ਮੈਨੂੰ ਕੁਝ ਹੋਣ ਦਾ ਖਲਾ ਤੁਸੀਂ ਮੈਨੂੰ ਕੋਈ ਪਹਿਲੀ ਵਾਰੀ ਨਹੀਂ ਪਏ ਸੁਣਦੇ ਫਿਰ ਸੁਣੋ ਮੈਂ ਕਿ ਪਿਆ ਨਾ ਬਾਈ ਅਗਰ ਤੇਰੇ ਕੋਲ ਦੀਨ ਦੇ ਅਰਮਾਨ ਸ਼ੁਰੂ ਹਨ ਤਾਂ ਦੀਨ ਦੇ ਵਾਰਸਾਂ ਤੂੰ ਕਈ ਗੱਲ ਪੁੱਛ ਲੈਣੀ ਆਈ ਜੋ ਦੀਨ ਵਾਲਿਆਂ ਤੂੰ ਨਾ ਪੁੱਛ ਸਕਦਾ ਤੇਰੀ ਨਾਈ ਬਣਦੀ ਸ਼ਹੀਦਾਂ ਨਾਲ ਤਾਂ ਬੂਆ ਖੜਕਾ ਤੇ ਸ਼ਹੀਦਾਂ ਦੀ ਦਾਈ ਤੂੰ ਪੁੱਛ ਲਿਆ ਮੈਨੂੰ ਕੁਰਾਨ ਦੀ ਲੋੜ ਹੈ ਆ ਮੈਂ ਜ਼ਰੂਰ ਪੁੱਛੇ ਦਾਈ ਕੋਲ ਤੇ ਰੱਖ ਸੁਣਿਆ ਕਸੀਦਾ ਇੱਕ ਸ਼ੇਰ ਪੜ੍ਹਨਾ ਇਹ ਕਸੀਦੇ ਵਾਲਿਆਂ ਦੀ ਮਜਲਿਸ ਹੈ ਨਾ ਜ਼ਰੀ ਮੁੜ ਮੈਂ ਆਪਣੇ ਰੰਗ 'ਚ ਇੱਕ ਸ਼ੇਰ ਪੜ੍ਹੀ ਵੰਜਾਂ ਲੜਾਈ ਤਾਂ ਲੜਾਈ ਸਹੀ ਪੜ੍ਹਾਇਆ ਤਾਂ ਸਹੀ ਉੱਠੀ ਹੋਵੇ ਇੱਕ ਸ਼ੇਰ ਪਿਆਦਾ ਬੇਸ਼ੱਕ ਸੈਯਦਾ ਦੀ ਦਾਈ ਹੈ ਪਰ ਅੱਲਾ ਦਾਈ ਤਾਹੀ ਭੁੱਲ ਗਈ ਹਬਾਸ਼ ਦੀ ਸ਼ਾਈ ਹੈ ਮੱਠਾ ਮੱਠਾ ਜੋ ਤੁਹਾਨੂੰ ਪੱਕ ਵੰਜੇ ਤਾਹੀਂ ਭੁੱਲ ਗਈ ਹਬਾਸ਼ ਦੀ ਸ਼ਾਈ ਬੇਸ਼ੱਕ ਤੁਸੀਂ ਕਦਾ ਅੱਗੇ ਇਹ ਸੁਣਿਆ ਨਵੀਂ ਸ਼ਾਈ ਨੇ ਸੁਣਦੇ ਇੱਕ ਸ਼ੇਰ
ਮੈਂ ਸੈਯਦ ਉਲ ਮਲਾਇਕਾ ਮੈਂ ਰਸ਼ੀਆਂ ਮੈਂ ਨੂਰੀਆਂ ਮਲਾਇਕਾ ਮੇਰਾ ਚਿਹਰਾ ਵੇਖਣ ਕਾਣ ਸਿੱਕਦੇ ਨੇ ਮੈਂ ਤੇਰੇ ਬੂਹੇ ਤੇ ਖਲੋਤਾਂ ਤੇਰੀ ਤੱਕ ਨਹੀਂ ਬੰਦੀ ਮੈਂ ਵਗ ਵੰਜਾਂ ਤੇ ਵੱਤ ਆਵਾਂ ਬੀਬੀਆਂ ਦੀ ਫਰਿਸ਼ਤੇ ਤੇਰਾ ਚਿਹਰਾ ਵੇਖਣ ਕਾਣ ਸਿੱਕਦੇ ਨੇ ਮੇਰੇ ਕੋਲ ਪੁੱਛ ਮੈਂ ਕੌਣ ਆ ਮੈਂ ਤਾਂ ਘਰ ਵਿੱਚ ਸ਼ਾਮ ਸਵੇਰੇ ਮੈਂ ਤਾਂ ਘਰ ਵਿੱਚ ਸ਼ਾਮ ਸਵੇਰੇ ਦੇ ਦਿਆਂ ਹਸਨੈਨ ਦੇ ਚਿਹਰੇ ਦੇ ਦਿਆਂ ਹਸਨੈਨ ਦੇ ਚਿਹਰੇ ਯਾ ਇੱਜ਼ਤ ਸ਼ਾਨ ਪੜ੍ਹ ਦੀ ਦਰੂਦ ਖੁਦਾਈ ਤਕਮੀਲ ਹੋ ਗਈ ਫਜ਼ਾਇਲ ਓ ਮਸਾਇਬ ਦੀ ਫਜ਼ਾਇਲ ਦਾ ਇੱਕ ਹਿੱਸਾ ਮੁਕੰਮਲ ਬਸ ਮਸਾਇਬ ਦੀਆਂ ਚਾਰ ਸਤਰਾਂ ਤੁਹਾਨੂੰ ਜਿਵੇਂ ਸੁਣਨ ਦਾ ਵੱਲ ਆਵੇ ਬਸ ਦੁਆ ਕੀਤੀ ਕਰੋ ਜਿਨ੍ਹਾਂ ਦੇ ਮਰਨ ਫੂੜੀ ਤੇ ਉਹ ਆਪ ਬਵਨ ਅਗਰ ਤਜਜ਼ੀਆ ਕਰਨੀ ਤਾਂ ਕਹੀ ਲਿਆ ਆਪਣਾ ਜਨਾਜ਼ਾ ਦਫਨਾ ਤੇ ਗਵਾਡੀ ਨੂੰ ਆਖੇ ਤੇਰੇ ਘਰ ਫੂੜੀ ਪਾ ਲਵਾਂ ਉੱਥੇ ਨਾਕਸੀ ਤੇਰਾ ਮਰ ਗਿਆ ਹੈ ਜਨਾਜ਼ਾ ਤੇਰਾ ਹੈ ਫੂੜੀ ਤੂੰ ਆਪਣੇ ਘਰ ਪਾ ਮੇਰੇ ਘਰ ਕਿਉਂ ਪੈਂਦਾ ਫਸਲ ਲੱਗ ਗਿਆ ਜਿਹਦੀ ਫੂੜੀ ਹੋਵੇ ਉਹ ਆਪ ਪੈਂਦੇ ਨੇ ਜਨਾਜ਼ਾ ਬਹੱਤਰ ਆ ਹੀ ਅਤੇ ਸਾਰੇ ਹੀ ਬੇਕਫਨ ਆ ਵੱਧ ਸਾਰੇ ਪਾਮਾਲ ਹਨ ਪਤਾ ਨਾ ਲੱਗਾ ਇਹਨਾਂ ਲਾਸ਼ਾਂ ਦੇ ਕਿਤਨੇ ਕਿਤਨੇ ਟੁਕੜੇ ਹਨ ਨੌ ਹਿੱਸਿਆਂ 'ਚ ਤਾਂ ਹੁਸੈਨ ਹਾਈ ਇੱਕ ਇੱਕ ਹਿੱਸਾ ਤੇ ਭੈਣ ਖਲੋ ਤੇ ਰੁਨੀ ਤੇ ਯਤੀਮਾਂ ਦੇ ਦੋ ਚੱਕਰ ਲੈਂਦੀ ਆਈ ਤੇ ਪੰਜ ਪੰਜ ਅੱਬਾਸ ਦੀ ਲਾਸ਼ ਤੇ ਜਿਹੜਾ ਤ੍ਰੀ ਵਾਰੀ ਆਈ ਨਾ ਤੇ ਲਾਸ਼ 'ਚੋਂ ਆਵਾਜ਼ ਹੈ ਸੈਨ ਮੇਰੇ ਭਾਰੇ ਕਿਉਂ ਵਜਦੇ ਨਹੀਂ ਬੀਬੀ ਜੀ ਤਾਂ ਵਧੀ ਦੇਣੀ ਆ ਲੋਕਾਂ ਤੈਨੂੰ ਹੁਸੈਨ ਤੂੰ ਢੇਰ ਮਾਰਿਆ ਪਤਾ ਨਹੀਂ ਜਿਹਦੀ ਹੈ ਨਹੀਂ ਨਿਕਲੀ ਪਤਾ ਉਹ ਯਾਦ ਤੁਸੀਂ ਮੈਂ ਮਜਲਿਸ ਸੁਣਨ ਗਿਆ ਤੈਨੂੰ ਹੁਸੈਨ ਤੂੰ ਢੇਰ ਮਾਰਿਆ ਨੇ ਮੇਰੇ ਹੁਸੈਨ ਦੀ ਲਾਸ਼ ਮੁਕੰਮਲ ਹੈ ਹਿੱਸੇ ਨਾ ਹਨ ਅੱਬਾਸ ਤੇਰੀ ਲਾਸ਼ ਦੇ ਟੁਕੜੇ ਹੀ ਇਤਨੇ ਨੇ ਜੋ ਤੂੰ ਥੋੜ੍ਹਾ ਬਚ ਗਈ ਤਾਂ ਭਾਰੇ ਵਧੀ ਦੇਣੀ ਆ ਮਤ ਤੂੰ ਖੜੀ ਵੰਜੇ ਤੇ ਅਮਾ ਬਤੂਲ ਆਖੇ ਆਪਣੇ ਯਾਦ ਰੱਖੇ ਨੀ ਮੇਰਾ ਭੁੱਲ ਗਏ ਬੀਬੀ ਆਦੀ ਹੈ ਮਤ ਅਬਾਸ ਲੋਕਾਂ ਤੇਰਾ ਇੱਕ ਜੁਰਮ ਬਣਾ ਕੇ ਤੈਨੂੰ ਢੇਰ ਮਾਰਿਆ ਸੈਣ ਜੁਰਮ ਕਿਹਾ ਬੀਬੀ ਆਦੀ ਤੇਰਾ ਜੁਰਮ ਹੀ ਹੋ ਆਈ ਜੋ ਤੂੰ ਜੀਂਦਾ ਰਿਹਾ ਲੋਕ ਮੇਰਾ ਬੁਰਕਾ ਨਹੀਂ ਹੁਣ ਸਾਰਿਆਂ ਬਦਿਆਂ ਕਾਣ ਪਿਆ ਪੜਨਾ ਮੇਰਾ ਆਖਰੀ ਬੰਦੇ ਤੱਕ ਮੇਰਾ ਮਿਜ਼ਾਜ ਹੈ ਮੈਂ ਹੁਸੈਨ ਦੀ ਮਜਲਿਸ ਚ ਲੱਗਦਾ ਬੰਦੇ ਕਦੀ ਨਾ ਡਿੱਠਾ ਨਾ ਕਦੀ ਬਹਾਇਆ ਤੈਨੂੰ ਸਿਲੇ ਦਾ ਪਤਾ ਲੱਗ ਵੰਜੇ ਨਾ ਬਤੂਲ ਜੋ ਤੇਰਾ ਇਸਤਕਬਾਲ ਕਿਵੇਂ ਕਰੀਦਾ ਕਹੇ ਨੂੰ ਟੁਰ ਤੇ ਵੰਜਣਾ ਤੈਨੂੰ ਉਸਲੇ ਸ਼ਾਨ ਦਾ ਪਤਾ ਲੱਗ ਸੀ ਜਿਹੜੇ ਮਾਸ਼ਰ ਚ ਉੱਠ ਗਿਆ ਤੇ ਮਾਵਾਂ ਦੀਆਂ ਜੰਨਤ ਦਾ ਬੂਹਾ ਛੋੜ ਕੇ ਅਕਸਰ ਇਸਤਕਬਾਲ ਨਾ ਕਰਾਂ ਜਿੰਨਾ ਡਿੱਠਾ ਹੀ ਨਾ ਹੀ ਰੋ ਦੋ ਗੱਲਾਂ ਸੰਬੰਧ ਵਾਲੇ ਆ ਲਾ ਆਪਣੇ ਦਿਲ ਤੇ ਲਿਖੀ ਵਧਾ ਬਾਰਵੇਂ ਤੋਂ ਪੁੱਛਾਂ ਮੁਸਲਮਾਨਾਂ ਨੂੰ ਦੱਸੇ ਨਾ ਬਾਰਵੇਂ ਤੋਂ ਪੁੱਛਾਂ ਅਗਰ ਮੁਲਾਕਾਤ ਕਿਸਮਤ ਚ ਹੈ ਤਾਂ ਜਿਹਨੂੰ ਮਾਰ ਛੁੜੀ ਵੇ ਜੰਗ ਮੁੱਕ ਵੈਂਦੀ ਹੈ ਇਹਨਾਂ ਮਾਰਨ ਤੋਂ ਬਾਅਦ ਪਾਮਾਲ ਕੀਤੇ ਨਾ ਕਈ ਹੋਰ ਲੋੜ ਆਈ ਅੱਛਾ ਤੇ ਜਿਹਨੂੰ ਸ਼ਿਕਸਤ ਆ ਵੰਜੇ ਉਹਨੂੰ ਲੁਟੀਂਦਾ ਜਿਹਲੇ ਇਹਨਾਂ ਲੁੱਟ ਲਿਆਈ ਵਤ ਅੱਗ ਕਿਉਂ ਲਾਈਦੀ ਇਹ ਦੋ ਗੱਲਾਂ ਬਈਅਤ ਦੇ ਜ਼ੁਮਰੇ ਚ ਨਹੀਂ ਆਉਂਦੀਆਂ ਮੇਰੇ ਖਿਆਲ ਤੋਂ ਸਬੰਧ ਕੋਈ ਨਹੀਂ ਪੈ ਸੁਣਦੇ ਮੇਰੀ ਗੱਲ ਸਮਝੋ ਨਾ ਅਗਰ ਬਈਅਤ ਹੀ ਬਹਾਨਾ ਹੈ ਤਾਂ ਬਈਅਤ ਜਿੰਨਾ ਨਾ ਹੀ ਕੀਤੀ ਮਾਰਿਆ ਨੇ ਖੁਦਾ ਦੀ ਕਸਮ ਛੀਆਂ ਮਹੀਨਿਆਂ ਦੇ ਮਾਸੂਮ ਦਾ ਸਾਂਗ ਤੇ ਰਹਿਣਾ ਛਤਰੀ ਸ਼ਹਿਰ ਚ ਯਜ਼ੀਦ ਨੂੰ ਸ਼ਿਕਸਤ ਆ ਗਈ ਹੈ ਜਿਹੜੇ ਸਾਂਗ ਦੇ ਨਾਲ ਨਾਲ ਚੌਂ ਸਾਲਾਂ ਦੀ ਭੈਣ ਆਦੀ ਆਈ ਤੇਰੀ ਉਮਰ ਦੇ ਕੋਈ ਮਰੀਂਦੇ ਨਾ ਆ ਸਹੀਦਾ ਬਾਣੀ ਉਹ ਮਿਹਨਤ ਕਰੇ ਨਾ ਸਵਾਲੀ ਬਣ ਕੇ ਮਜਲਿਸ ਜੇ ਲਈ ਮੁੱਕ ਵੰਜੀ
خوش نہیں ہونا جو میری مجلس سونی ہو گئی جویں انہیرے لاؤں دمنے مگر بین دی نماز پڑھ کے جنت البقیہ دیر منہ کر کے آنکھیں ماواں تھیاں راضی ونیا ہے میں ہی کچھ کرتا سارا سال بندے زواری کرن زواری ہے مگر وی چے لم زواری چ میں نہیں گندا جی میں کہیں دا کوئی مرے تے اعلان کرنا حضرات اتنے وجہ فلانے بندے تے جنازہ ہے سارے مسلمان جنازے چوے جنازے تو بعد اعلان ہوندا اتنے وجہ دا ختم ہے ہر مسلمان نو قرآن سنو ثواب ختم تو بعد اعلان نہیں ہوندا چار سجن رل باندھن لگدیاں نو سلیے جنہاں نو ساڈے مر ونجن والے دا ارمان ہوئے ایک تاریخ رکھائیں چا جلے سارے کٹھے ہو گئی سن نہ وت غیر دے سڈن دی تے لوڑ ہی کائی نہیں انجے ریت پورے سال دی تاریخاں چ علی دی دھی ایک تاریخ رکھی ہے جدا نا وی سفر ہے میں انا بی بی دے انتظار کیوں راندی ہے بی بی دی سارا سال زواری ودا کریں اللہ رزق دے بھی نت پیا میں وی چے لمنو اس واسطے آیا کر جو میں سدے آئے میں بھی رادا چے لم سال بعد کرنا یا چے لم تے ہو سکتا ہے تو دور ہوئے میں نو گننا نہ پوے او کیوں نہیں آیا دنیا دا پہلا دربار یزید دا پہلا بازار شام دا نبیوں دے گھر ڈھائے گئے نشانیاں نہیں آواز ساتھ نہیں دے رہا پھر بھی کوشش کرے نا چونکہ مصائب وچ سخت آواز ہوے مصائب نہیں ہوندا مگر کوشش کرے نا عبادت ایمان دا معیار ہے میں کو تینو آکھیا تو رو ودا اللہ مینوں تے دو اکھی دتیاں کوئی تے میری اکھی دے گواہ ہوے کوئی تماشے وچ آکھے پیش ہو کے میں نے روندا وے دام جدے حسین نو پڑھدا یہ روندا بہت مشکل ہے انشاءاللہ کوئی تیرے رومن دا گواہ ہوے دنیا تے بڑے بڑے گھر نشانیاں مک گئیں کدی سوچی شام دا دربار اجا کیوں کھل ہے نہیں یہ ہر بندے دا نصیب ہی نہیں ہے جو بولڑا اجا تائیں بازار شام اوہو کھل ہے تے اونجے کھل ہے تے جیڑی اس بازار تے دربار چ گئی ہے اوہی اتھائیں شام چ موجود ہے اگر تیری میری گل سمجھ آوے تے انج لگدا ہے شام دے بازار تے دربار دا باقی رہنا علی دی دھی دی حسرت ہے 1400 سال بعد بھی کوئی آوے نا تے ایک وری بازار تے دربار ویکھن تو بعد سچے سی تے صحیح کیویں لگ گئی ہے کیا کہنا ہے تیرے معیار دا کوئی تے سچے سی ہو جائے بازار چکی میں لگ گئی آئی دربار پہلا موقع بس ہی کسطری سن لئی تو مذہب ہی ہو جائے پڑی گیا دربار تخت بہا کے خون رومن والے نو ویکھ ویکھ کے تو بیٹھے دے توک لہاؤ مت رت رک ونجے یہ بیڑیاں لہاؤ مت دی رت رک ونجے یہ زنجیر لہاؤ مت دی رت رک ونجے جلے توک تے بیڑیاں زنجیر لتھے تو سن دو سے زمین تے جھن پہ پوتر اٹھا کے ادا توک لہ ونجے بوجھ گھٹ ویندا ہے بابا تو جان پیا ہے پوتر دا منہ چمکیا دا جانتا پیا میرا بوجھ ود گیا بابا ود کیویں گیا فرمایا جیں دے لہنے ہاں او مر گئی چلو دوے طریقے نال جانا جڑی زندگی مگدی آئی او مر گئی جڑی موت مگدا آئی او جیندا کھلا تخت لا دے اجائی روندا پیا فرمایا مینوں مار چھوڑیا دربار چ نسڑیو وی آ میرے سامنے اپنے کولوں تخت دے اوے بندے چ بہائے نہیں مجے نو وینا کوئی میری بہن دا داج لٹن والا کی سن دے بیٹھے مجے نو وینا لگدا ہے کوئی میری ماواں نے جگاوان والا کوئی ٹراواں والا کوئی دھپا تے بہاواں والا کوئی اوے ضربہ مارن والا کوئی میری ماں دا بروکا لٹن والا میں ماریا تے دربار چ نہ سڈیا دا کیویں رت رک سکدی اے رت روکیا دا ہا رک سکدی اے میری ماں دا برکا دے
ਤੂੰ ਨਿਤ ਸੁਣ ਦੋ ਸਜ਼ਾ ਕਰੀ ਚੇਂਜ ਤੈਨੂੰ ਕਹੇ ਨਾ ਆਖਿਓ ਸੀ ਮੂੰਹ ਦਰ ਵੇਖ ਕੇ ਉਹ ਕੈਦੀ ਕਿੱਥੋਂ ਕਿੱਥੋਂ ਦੇ ਲੋਕ ਹਨ ਜਿਹੜੇ ਲੁੱਟ ਗਏ ਨੇ ਤੂੰ ਬੁਰਕਿਆਂ ਦੀ ਕੀਮਤ ਮੰਗ ਇਤਨਾ ਰੁਣਨਾ ਹੈ ਨਾ ਪਤਾ ਨਹੀਂ ਜ਼ਾਕਰ ਹੀ ਸੁਣਦਾ ਬੈਠਾ ਵਾ ਤੂੰ ਬਾਹਰ ਬੰਨ ਕੇ ਆਖੇ ਜ਼ਾਕਰਾਂ ਨੂੰ ਪੜ੍ਹਨ ਦਾ ਵੱਲ ਨਹੀਂ ਆਉਂਦਾ ਨਾ ਕੁਰਾਨ ਚਾਹੀਦਾ ਤੈਨੂੰ ਸੁਣਨ ਦਾ ਹੀ ਵੱਲ ਨਹੀਂ ਆਉਂਦਾ ਜੇ ਸਮਨ ਦਵਾਣੇ ਵਾਲੇ ਦਾ ਦਾਅਵਾ ਹੈ ਤੂੰ ਤਵੱਜੋ ਕਰ ਤੇ ਭਾਵੇਂ ਨਾ ਕਰ ਮੈਂ ਜ਼ਾਕਰੀ ਦੀ ਹਰ ਦੁਨੀਆਂ 'ਚ ਗੁਜ਼ਰ ਚੁੱਕਾ ਮੈਂ ਹੁਣ ਕੋਈ ਸਟੂਡੈਂਟ ਨਹੀਂ ਤੇ ਨਾ ਮੈਂ ਪਕਾਵਣੀ ਹੈ ਜਿਹੜੇ ਬੰਦੇ ਮੂੰਹ ਦਿਲ ਬੈਠੀ ਰੱਖਦੇ ਨੇ ਮਸਾਏ ਵਿੱਚ ਸਿਰ ਝਿੱਕਾ ਕੀਤਾ ਕਰ ਮਤਲਬ ਪਰਦੇ 'ਚ ਆਈ ਹੋਈ ਆਖੇ 'ਚ ਇਹੋ ਜਿਹੀ ਗੱਲ ਸੁਣ ਕੇ ਨਹੀਂ ਰੋਣਾ ਤੇਰਾ ਹਯਾ ਤੋਂ ਸਿਰ ਹੀ ਝਿੱਕਾ ਨਹੀਂ ਹੋਇਆ ਪਕੜ ਤੂੰ ਡਰਨਾ ਤਖ਼ਤ ਬਹਿ ਕੇ ਆਦਾ ਬੁਰਕੇ ਦੀ ਕੀਮਤ ਦੇਣਾ ਖੂਨ ਰੋ ਕੇ ਆਦਾ ਖਲੇ ਬੁਰਕੇ ਤੋਂ ਉਸ ਦੀ ਕੀਮਤ ਹੁੰਦੀ ਹੈ ਜਿਹੜਾ ਬਾਜ਼ਾਰੋਂ ਲਵੀ ਵੇ ਤੇ ਜਿਹੜੇ ਸਿਰ ਤੇ ਆ ਵੰਜੇ ਭਾਵੇਂ ਗਰੀਬ ਦੀ ਧੀ ਹੋਵੇ ਦੀ ਉਜਰਤ ਨਹੀਂ ਦੇ ਸਕੀਦੀ ਅਲੀ ਦੀਆਂ ਧੀਆਂ ਦੀ ਚਾਦਰ ਲਹਾ ਕੇ ਉਜਰਤ ਦੇਣਾ ਪੁੱਤਰ ਪੇ ਪੁੱਛਦਾ ਬਾਬਾ ਅੱਜ ਤੱਕ ਖੂਨ ਤੇਰਾ ਥੋੜਾ ਨਹੀਂ ਪਿਆ ਵਗਦਾ ਰਤ ਰੋ ਕੇ ਪੁੱਤਰ ਦਾ ਮੂੰਹ ਚੁੰਮ ਕੇ ਆਦਾ ਅੱਗੇ ਢੇਰ ਵਗਦਾ ਆਈ ਜੋ ਨਾਲ ਭੈਣ ਆਉਂਦੀ ਆਈ ਨਾਲ ਮਾਵਾਂ ਆਉਂਦੀਆਂ ਅੱਜ ਦਰਬਾਰ 'ਚ ਕੱਲਾ ਖਲਾ ਇਹ ਮੇਰੀ ਹਜ਼ਾਰ ਸਾਲ ਦੀ ਪੇਸ਼ੀ ਲਾਵੇ ਮੇਰੀ ਗੁਜ਼ਰ ਸਕਦੀ ਹੈ ਮੈਨੂੰ ਆਖਣ ਵਾਲੀ ਤਾਂ ਕਾਈ ਨਹੀਂ ਜਿਹੜੀ ਆਖੇ ਮੈਂ ਥੱਕ ਪਈ ਹਾਂ ਜ਼ੰਜੀਰ ਲਹਾ ਕੇ ਇੰਤਜ਼ਾਰ ਖਲਾ ਕਰੇ ਨਾ ਆਵਾਜ਼ ਦੀ ਕੋਈ ਜਾ ਵੀ ਸਿੱਧੀ ਹੋਵੇ ਤਾਂ ਮੈਂ ਵਹਿਣ ਆਕਾਂ 120 ਚੋਂ 12 ਬੱਚੀ ਹੋਈਆਂ ਦੇ ਜ਼ੰਜੀਰ ਬੈਠਾ ਲਹਿੰਦੇ ਕਿਸਮਤ ਦੀ ਗੱਲ ਹੈ ਸਈਦਾਂ ਦੀ ਅਲੀ ਅਕਬਰ ਦੇ ਤੁਰ ਵੰਜਣ ਤੋਂ ਬਾਅਦ ਸਈ ਆਜ਼ਾਦੀਆਂ ਚੋਂ ਕਹੇ ਜ਼ਿੰਦਗੀ ਨਹੀਂ ਮੰਗੀ ਸਿਵਾਏ ਸਕੀਨਾ ਦੇ ਮਾਸੂਮਾ ਜ਼ਿੰਦਗੀ ਇਸ ਵਾਸਤੇ ਮੰਗਦੀ ਆਈ ਮਤ ਜੀਂਦੀ ਹੋਵਾਂ ਤੇ ਬਾਬੇ ਦੀ ਜ਼ਵਾਰ ਬਣਾ ਹੋਰ ਕੋਈ ਹਸਰਤ ਨਾ ਆਈ ਬੀਬੀਆਂ ਦੇ ਜ਼ੰਜੀਰ ਲਹਾ ਕੇ ਬੈਠਾ ਰੋਂਦਾ ਹੈ ਜਿਹੜੇ ਮਾਂ ਦੇ ਲਹਾਏ ਸੀ ਨਾ ਜ਼ੰਜੀਰ ਅਲੀ ਅਸਗਰ ਦੀ ਗਰੀਬ ਮਾਂ ਦੇ ਜ਼ੰਜੀਰ ਆਦੀ ਤੇਰੀ ਮਰਜ਼ੀ ਨਾਲ ਲਹਿ ਗਏ ਹੁਣ ਮਾਂ ਦੇ ਸਵਾਲ ਹੈ ਵੰਨ ਆਪਣੇ ਪਿਓ ਦੇ ਕਾਤਲ ਨੂੰ ਆਖ ਤਖ਼ਤ ਤੇ ਬਹਿਣ ਵਾਲੇ ਨੂੰ ਅਲੀ ਦੀਆਂ ਧੀਆਂ ਤੇ ਨੂੰਹਾਂ ਦੀਆਂ ਨਾ ਅਸਾਂ ਆਪਣੇ ਜ਼ੰਜੀਰ ਕੋਈ ਨਹੀਂ ਦੇਵਣੇ ਪਤਾ ਕੀ ਸੁਣਨਾ ਹੈ ਕਿਉਂ ਅੰਮਾ ਕਿਉਂ ਆਖਾਂ ਬੀਬੀ ਅਜੀ ਵਾਂਝੋ ਨੂੰ ਬਾਕ ਜ਼ੰਜੀਰ ਨਹੀਂ ਦੇਵਣੇ ਕਿਉਂ ਜੋ ਇਹਨਾਂ ਜ਼ੰਜੀਰਾਂ ਤੇ ਅਲੀ ਦੀਆਂ ਨੂੰਹਾਂ ਤੇ ਧੀਆਂ ਦਾ ਲਹੂ ਲੱਗਿਆ ਮਈਓ ਖੂਨ ਨੂੰ ਦਾ ਜ਼ੰਜੀਰ ਬਤੂਲ ਦੀ ਕਬਰ ਤੇ ਵੱਲ ਰੰਗਸਾਂ ਤੇ ਰੱਖ ਕੇ ਆਖਸਾਂ ਤੇਰੇ ਪੁੱਤਰਾਂ ਤੋਂ ਬਾਅਦ ਜਿਹੜੇ ਉਮਤ ਮੈਨੂੰ ਤੋਹਫੇ ਦਿੱਤੇ ਨੇ ਸ਼ਾਬਾਸ਼ ਕਬੂਲ ਹੋ ਗਈ ਮਜਲਿਸ 120 ਚੋਂ 12 ਬੀਬੀਆਂ ਨਾਲ ਲਾ ਕੇ ਸ਼ਾਮ ਦੇ ਬਾਹਰ ਕਬਰ ਤੇ ਰੁਣਾ ਜਿੱਦਣੇ ਤਾਈਂ ਹਰ ਬੰਦੇ ਦੀ ਹਾਇ ਨਾ ਨਿਕਲੇ ਮੈਂ ਮੈਂਬਰ ਨਾ ਛੋੜਨਾ ਨਾ ਬਸ ਕਰਨੀ ਮੈਂ ਘਰ ਤੇ ਕੀ ਸੋਚਦਾ ਬਾਈ ਸਾਹ ਮੈਂ ਦੁੱਖ ਬਤੂਲ ਦੀ ਧੀ ਦੇ ਪੜੇ ਸੁਣਨ ਵਾਲਿਆਂ ਚੋਂ ਹਾਇ ਕਹਿੰਦੀ ਮੈਂ ਨਹੀਂ ਚਾਹੁੰਦਾ ਮੈਂ ਤੇਰਾ ਗਵਾਹ ਬਣਾ ਮੈਂ ਲੱਥਿਆਂ ਬੁਰਕਿਆਂ ਦੀ ਗੱਲ ਕੀਤੀ ਤੇ ਬੁਰਹਾਈ ਕੋਈ ਨਹੀਂ ਕਰੇਗਾ ਅਲੀ ਦੀ ਧੀ ਦੇ ਬੁਰਕੇ ਤੇ ਹਾਏ ਇਸ ਵਜ੍ਹਾ ਤੂੰ ਕੀਤੀ ਕਰ ਕਿਵੇਂ ਨਿਭਾ ਗਈ ਹੈ ਬਗੈਰ ਬੁਰਕੇ ਦੇ ਅਗਰ ਮਰਨ ਸੌਖਾ ਹੁੰਦਾ ਤਾਂ ਕਰਬਲਾ ਦੀਗਰ ਤੂੰ ਪਹਿਲੋਂ ਮਰ ਗਈ ਹੋਵੇ ਨਾ ਕਬਰਾਂ ਤੋਂ ਵਾਰ ਵਾਰੀ ਬੀਬੀਆਂ ਉੱਠ ਕੇ ਮਹਮਲ ਤੇ ਬੈਠੀਆਂ ਤੇ ਜਿਹੜਾ ਤੇਰਾ ਚੌਥਾ ਇਮਾਮ ਕਬਰ ਤੇ ਬੈਠਾ ਲੇਟ ਗਿਆ ਕਬਰ ਤੇ ਰੋ ਕੇ ਆਦਾ ਇੱਕ ਵਾਰੀ ਕਬਰ ਤੋਂ ਬਾਹਰ ਆ ਮੈਂ ਇੱਕ ਜ਼ਖਮ ਲੁਕਾਈ ਵਧਾਂ ਜਿਹੜਾ ਤੈਨੂੰ ਵਿਖਾਉਣਾ ਇਨਸ਼ਾਅੱਲਾ ਤੂੰ ਸੁਣ ਸਕੇ ਬਾਕੀ ਤੇਰੀ ਮਰਜ਼ੀ ਹੈ ਇਨਸ਼ਾਅੱਲਾ ਸੁਣ ਤਾਂ ਲਵੇਂ ਤੂੰ ਜਿਹੜੇ ਅੱਗੇ ਤੈਨੂੰ ਕਬਰ ਤੋਂ ਬਾਹਰ ਆ ਮੈਂ ਤੈਨੂੰ ਆਪਣਾ ਜ਼ਖਮ ਵਿਖਾਵਾਂ ਕਮਰ ਤਾਈਂ ਬਾਹਰ ਆ ਕੇ ਆਦੀ ਸਜਾਦ ਕੋਈ ਨਵਾਂ ਜ਼ਖਮ ਹੈ ਸਈਦਾ ਤਾਂ ਨਹੀਂ ਜ਼ਖਮ ਪੁਰਾਣਾ ਹੈ ਤੇ ਇਧਰ ਲੁਕਾਈ ਰੱਖੀਏ ਕਿਹੜਾ ਜ਼ਖਮ ਰੋ ਕੇ ਆਦਾ ਨਿਤ ਜੂ ਬਾਜ਼ਾਰ ਚਾਹੀਦੀ ਆਉਂ ਝੁੱਕ ਕੇ ਕਿਉਂ ਟੁਰਨਾ ਹੈ ਕਮਜ਼ੋਰੀ ਚ ਟੁਰਨਾ ਆ ਭੈਣ ਤੈਨੂੰ ਵਿਖਾਵਾਂ ਮੈਂ ਝੁੱਕ ਕੇ ਕਿਉਂ ਟੁਰਦਾ ਮੈਂ ਇਮਾਮ ਸੀਨੇ ਦੇ ਬਟਨ ਖੋਲ ਕੇ ਜੇ ਭੈਣ ਵੇਖੇ ਤਾਂ ਗੋਸ਼ਤ ਕੋਈ ਨਾ ਹੀ
سامنے پسلیاں زخمیاں سجا دی کیڑے زخم ہیں بہن دا سر چم کے آدا اے جڑا توک گل اے چائی نا او وزنی ایڈا آئی گوشت حرکت کر کر کے میرا گوشت کھا گیا توک باقی ہڈیاں جڑیاں زخمیاں زخمت مور لا ترنی ہے بتن پیا وے نہ کدائیں تو وس پوسے ماملو ٹھی پے آواز نو ویکھ سے تے کیویں پڑھ سم میں سید دی مجلس عقیدت نال پڑھنا ہوں پھر سنو گے پیا نا ماملو ٹھی بشیر مہار پکڑ کے کھڑا دا سائن جا نہیں آیا بھائن گل چ بائی پا کے آ دیا نواں مینو قاتل چ ڈر لگ بہنا پنجاوے دیاں بھراواں دا چیلم کرے سائن جدن دی میں دفن ہویاں میرا فاتح ہی گئے نہیں ہو تو یہ کچھ پڑھنا ہی تے یہ کچھ میں مطمئن ہوں ماملا چا دیا بشیر دورو کھلو تے آگ چا جیندے بھرا لی جو آئیوں جدہ میں وسدیاں ہیں میری قطار بھرا دی مک جو گئی راج سجادہ ملے زمیندار ہے جڑے پانی لائی کھڑے ترائے ماملا اندر اٹھے مٹی تبائے کے اتنا رننا ہے جب ماملا چاہ دیا اوٹھ روک میں پہلا بندہ جٹھا جیڑا میں نو میرے میار تے بدر ہوں دے کہ سیدہ نو رومن دے ہی میار ہوں دا ہی بھی آدھیا بھائی زمیندار نو آگ جیڑا بننے تے میں ان کی تے ہی میرے ماملا دے نیڑے کر نیڑے آن کے رات رو گیا دخل ہے بندہ تیرا گھر کوئی نہیں ہے گھر نہ گھر اتھے کیوں بدر رونا آیا تھا مجبوری ہے گھر رو من کوئی نہیں لینا جنگل اچ کئی نو رو کے ودا بھی کھائی نہ آیا تھا شام دے مسافر جنا مدینہ ونجنو وے ہوئی تھو لگ دے اور مسافر سال مک گیا ہے میں راوے درانا بھر جائیں یا نال ایک سین شام گئی ہے جلے کوئی اٹھی یا محمل لگ دین میں لانو آنا غریبی والے وائے دین کدھائی تسن سا بھینا مموئی وطان وال گئی سیدہ دائیو وین بننے تے نکار محمل دے نیڑے کر تیری جنت دا دامن بن جنت دا لفظ آیا دے جنت دا سردار دعوی نہ کریں اگے ایک سردار پانی منگدا مری گئے کیوں نے آدا دراتی سمنا بغیر سر دے کلاش اٹھتی ہیں جیڑا میں نو جگہ آگیا دے جیڑے ہی دو ماملا میں نوے کھیمتا میری بھائن تے برکا کوئی آدھی ون نو آگ زمیندار نو نہیں جو آدھا دعا کرے نی آگ پھر آما موئی ولی بہن دی چاکر تان دے لوگ کتھے ہو گئن پرسا دین دے رہن اچانک بچیاں ہی ہیں سیاہ پٹیاں بچیوں ہیں جام پانی دے بھر دور رو بیان بی بی آدھی پرچا میں نے آئی آدھی ہم تیری سنگت جکے دین آئی جدی عمر چار سو جڑی دامی دا پورا دے آدھی رہی ہے ایک گھوٹ پانی دا دیو میرے غریب دیاں مٹھی نہیں کھل راج رنیا سینی نانکی نگری چھڑے کہ کرا میں نے پڑھن دا وال نہیں ہم دا مجبوری ہے تو ہی منہ در بیٹھا وے نہ تے دل اوکھا ہے جے دا کوئی امیر ہویا او دے روشن سنہری پردے ہوندے ہیں معاملاں دے پہلے ترے معاملے ہیں جنہاں دے کپڑے کالے
دعا کرے نا اللہ اگلے سال کربلا چہلم تلائے ونی جیلے ونی تلے تو ونی لوگا کنی تھائیں گڑیاں تو لہیا پیدل ونی اللہ دے نا تلڑ ماں سلال مال نہیں شام مو کر کے آکے شالا اتھو پہ تڑ دو وہاں جتھو تو لائے کے تڑ دو او جلے تو آئین کرے سی علی دی دی اکسی دبارا میں تیرا استقبال کرا ہائے نہیں نکل دی اللہ جے دھی دے بھی 18 سال پردے چراک کے پالے رشتہ دار ہی مت سے نہ لگن دے نے 18 سال لگے ویزا لوا کے شام لائے ونے جلے بزار آوے دینو آنکھیں اچھے برکے دی لوڑ گئی نہیں وہ مرن لگ ویسی آکے ہاتھ جڑے نا برکہ لاکے چوری چھو زینب مگ دی گئی وہ سلے جلے وطن والے دی تو پچھے سنا بغیر برکے دے نبتی کی میرے یہی تانت بزار جا دی آئی کوئی برکا مگا شامت تریو اترائے محمل کربلا دی نگری جدا خیلائن محمل لمبی ہے آخری لفظ محمل بائے گئے بی بیاں لائے پہیاں تو آجے تو ہر بندہ گوائے جہیں در رات دفن ہو رنجے ہیں دھمی علی پردے دار مالک برکے پہندے ہیں ناشتے پانی نہیں پچھتے آجن کوئی ایک بندہ ساڑے نال آوے جیڑا وکھاوے سارا دفن کتے آئے جیلے کربلا لتیان ہر بی بی سجاد تو پچھے آئے میرے اکبر دی کبر کہا کہ علی اصغر دی کبر کہا کہ حسین دی کبر یہاں کبرہ تے بہ گئی ہیں میں کوئی پتھرہ ہی تے نہیں پیا پڑتا ایک بی بی نو میلہ چوٹ دی باندی ودی ہے علی جی دی وے کیا تا قاسم دی ماں مٹیاں چاہ چاہ کے چم دی ودی ہے آدھی ہے ہر کوئی ایک سارے دفن ہے میں تنو کچھو کچھو بولا او میرا نو میلہ چکھڑی گیا بچڑا چلو نزینہ